ਤਾਂ ਜਿਸ ਅੱਗੇ ਗਾਲੀ ਸਾਰਿਆਂ ਨੂੰ ਸਵਾਗਤ ਹੈ ਸਾਰਾ ਦਾ ਪੰਜਾਬ ਅੱਡਾ 247 ਤੇ ਮੇਰਾ ਨਾਮ ਹੈ ਗगन ਜਿੱਦਾਂ ਤੁਸੀਂ ਪੜ ਹੀ ਰਹੇ ਹੋਗੇ ਮੈਂ ਵੀ ਕਾਫੀ ਜ਼ਿਆਦਾ ਹੈਰਾਨ ਹੋਇਆ ਸੀਗਾ ਕਾਫੀ ਜ਼ਿਆਦਾ ਸ਼ੌਕ ਹੋਇਆ ਸੀਗਾ ਤੇ ਸਰਪ੍ਰਾਈਜ਼ਡ ਇੱਕ ਇਹੋ ਜਿਹਾ ਆਈਪੀਐਸ ਅਫਸਰ ਉਹ ਵੀ ਪੰਜਾਬ ਦੇ ਆਈਪੀਐਸ ਅਫਸਰ ਇੰਡੀਆ ਦੇ ਸਭ ਤੋਂ ਅਮੀਰ ਆਈਪੀਐਸ ਅਫਸਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਹੋਣਾਂ ਤੋਂ ਵੀ ਅਮੀਰ ਨੇ ਜੀ ਹਾਂ ਮੈਂ ਗੱਲ ਕਰ ਲਿਆ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੀ ਆਈ ਐਮ ਸ਼ੋਰ ਤੁਹਾਡੇ ਵਿੱਚੋਂ ਕਈਆਂ ਨੇ ਇਹਨਾਂ ਬਾਰੇ ਪੜ੍ਹਿਆ ਹੋਊਗਾ ਇਹਨਾਂ ਦਾ ਨਾਂ ਜ਼ਰੂਰ ਪੜ੍ਹਿਆ ਹੋਊਗਾ ਕਿਉਂਕਿ ਸਾਲ 2016 ਦੇ ਵਿੱਚ ਕਾਫੀ ਸਾਰੇ ਆਈ ਪੀ ਐਸ ਆਫੀਸਰਸ ਨੇ ਆਪਣੀ ਪ੍ਰਾਪਰਟੀ ਬਾਰੇ ਦੱਸਿਆ ਸੀਗਾ ਇਹ ਦੱਸਿਆ ਸੀਗਾ ਕਿੰਨੇ ਪੈਸੇ ਨੇ ਕਿੰਨੀ ਜਾਇਦਾਦ ਹੈ ਉਹ ਸਭ ਦੱਸਿਆ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਪ੍ਰਾਪਰਟੀ ਦੱਸੀ ਤਾਂ ਸਾਰੇ ਹੱਕੇ-ਬੱਕੇ ਰਹਿ ਗਏ ਮਤਲਬ ਕਾਫੀ ਤਕੜੇ ਨੇ ਆਈ ਪੀ ਐਸ ਆਫੀਸਰ ਮੈਂ ਗੱਲ ਕਰਾ ਜੇ ਪੰਜਾਬ ਦੀ ਚੰਡੀਗੜ੍ਹ ਵਗੈਰਾ ਵਾਲੇ ਬਹੁਤ ਤਕੜੇ ਤਕੜੇ ਨੇ 2013 ਵਿੱਚ 3-3 4-4 ਕਰੋੜ ਦੀਆਂ ਕੋਠੀਆਂ ਲਈਆਂ ਹੋਈਆਂ ਨੇ ਲੇਕਿਨ ਇਹਨਾਂ ਦਾ ਜਿਹੜਾ ਆਪਣਾ ਦੱਸੀ ਜਿਹੜੀ ਜਾਇਦਾਦ ਜਿੰਨੀ ਪ੍ਰਾਪਰਟੀ ਹੈ ਉਹ ਸਾਰੇ ਪੰਜਾਬ ਮੈਂ ਕਹਿੰਦਾ ਸਾਰਾ ਇੰਡੀਆ ਹੱਕਾ ਬੱਕਾ ਰਹਿ ਗਿਆ ਸੀਗਾ ਇੰਨੀ ਪ੍ਰਾਪਰਟੀ ਸੀਗੀ ਤਾਂ ਉਹਦੇ ਬਾਰੇ ਜਾਣਦੇ ਆ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਰੰਟ ਅਫੇਅਰਸ ਕਰਨਾ ਚਾਹੁੰਦੇ ਹੋ ਕਿਸੇ ਵੀ ਪੇਪਰ ਲਈ ਪੜ੍ਹਨਾ ਚਾਹੁੰਦੇ ਹੋ ਸਵੇਰੇ 9 ਵਜੇ ਆਣਾ ਨਾ ਭੁੱਲਿਓ ਆਓ ਗੱਲਾਂ ਕਰਦੇ ਆਪਾਂ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਬਾਰੇ ਤਾਂ ਜੀ ਆਈਪੀਐਸ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਅੱਜਕੱਲ੍ਹ ਦੀ ਆਪਾਂ ਗੱ ਤਾਂ ਆਈਜੀ ਨੇ ਇਹ ਆਈਜੀ ਪਤਾ ਹੈ ਤੁਹਾਨੂੰ ਆਈਜੀ ਤੋਂ ਬਾਅਦ ਡੀਜੀਪੀ ਹੁੰਦਾ ਮਤਲਬ ਕਿ ਇੱਕ ਪੋਸਟ ਛੋਟੀ ਬਸ ਆਈਜੀ ਨੇ ਇਹ ਵਨ ਆਫ ਦਾ ਰਿਚੈਸਟ ਇਨ ਦਾ ਕੰਟਰੀ ਵਨ ਆਫ ਦਾ ਬਿਲਕੁਲ ਅਮੀਰ ਵਾਲੇ ਜਿਹੜੇ ਹੁੰਦੇ ਨੇ 152 ਕਰੋੜ 152 ਕਰੋੜ ਦੀ ਇਹਨਾਂ ਕੋਲ ਜਾਇਦਾਦ ਹੈ ਅੱਜ ਕੱਲ ਮੈਂ ਜੇ ਗੱਲ ਕਰਾਂ ਇਹ ਰੋਪੜ ਰੂਪਨਗਰ ਵਿੱਚ ਇਹਨਾਂ ਦੀ ਪੋਸਟਿੰਗ ਹੋਈ ਵੀ ਹੈ ਹੁਣ ਪ੍ਰੋਮੋਸ਼ਨ ਹੋਣੀ ਇਹਨਾਂ ਦੀ ਅੱਗੇ ਡੀਜੀਪੀ ਬਣਨਾ ਸਾਹਿਬ ਨੇ ਤਾਂ ਆ ਗੱਲਾਂ ਪੜਦੇ ਆਂ ਆਹ ਕਮਾਲ ਦੀ ਗੱਲ ਇਹ ਹੈ ਇਹਨਾਂ ਦੇ ਫਾਦਰ ਸਾਹਿਬ ਅਤੇ ਇਹਨਾਂ ਦੇ ਫਾਦਰ ਦੇ ਫਾਦਰ ਸਾਹਿਬ ਯਾਨੀ ਕਿ ਇਹਨਾਂ ਦੇ ਦਾਦਾ ਜੀ ਉਹ ਦੋਨੇ ਵੀ ਆਈਪੀਐਸ ਅਫੀਸਰ ਸੀ ਸੀ ਦੇ ਤੇ ਇਹ ਵੀ ਆਈਪੀਐਸ ਅਫੀਸਰ ਅਫੀਸਰ ਨੇ ਆਉ ਇਨ੍ਹਾਂ ਦੇ ਜਿਹੜੀ ਮੈਂ ਮੁੱਖ ਦੀ ਗੱਲ ਕਰਦਾ ਸਾਲ ਸੀਗਾ 2016 ਵਿੱਚ ਉਦੋਂ ਭੁੱਲਰ ਸਾਹਿਬ ਨਿਊ ਨੇ ਨਿਊਜ਼ ਬਣਾਈ ਸੀਗੀ ਬਹੁਤ ਜ਼ਿਆਦਾ ਨਿਊਜ਼ ਆਈ ਸੀਗੀ ਇਹਨਾਂ ਨੇ ਆਪਣੇ ਜਿਹੜੇ ਐਸੈਟਸ ਨੇ ਜਿਹਨੂੰ ਆਪਾਂ ਕਹਿੰਦੇ ਨੇ ਆਪਣੀ ਜਿਹੜੀ ਜਾਇਦਾਦ ਦਾ ਐਲਾਨ ਕੀਤਾ ਤੇ ਸਾਰੀ ਦੁਨੀਆ ਹੱਕੀ ਬੱਕੀ ਰਹਿ ਗਈ ਸੁਖਬੀਰ ਬਾਦਲ ਸਾਹਿਬ ਕੈਪਟਨ ਅਮਰਿੰਦਰ ਸਿੰਘ ਇਹਨਾਂ ਤੋਂ ਵੀ ਜ਼ਿਆਦਾ ਉਹਨਾਂ ਦੀ ਉਸ ਟਾਈਮ ਜਾਇਦਾਦ ਸੀਗੀ 2016 ਚ ਕਿੰਨੀ ਦੱਸਿਆ ਇਹਨਾਂ ਨੇ ਜਦੋਂ ਮੈਂ ਕਹਿ ਚੁੱਕਾ 152 ਕਰੋੜ ਰੁਪਏ ਜੀ ਹਾਂ 152 ਕਰੋੜ ਰੁਪਏ ਆਪਣੀ ਜਾਇਦਾਦ ਦੱਸੇ ਤਾਜੀ ਕੈਪਟਨ ਸਾਹਿਬ ਨੇ ਉਸ ਟਾਈਮ ਆਪਣੀ 2016 ਚ ਗੱਲ ਕਰਾ ਆਪਣੀ ਜਾਇਦਾਦ ਦੱਸੀ ਸੀ ਇਹਨਾਂ ਨੇ 48 ਕਰੋੜ ਰੁਪਇਆ ਸੁਖਬੀਰ ਬਾਦਲ ਸਾਹਿਬ ਨੇ ਆਪਣੇ ਉਸ ਟਾਈਮ ਜਾਇਦਾਦ ਡਿਕਲੇਅਰ ਕੀਤੀ ਸੀ 102 ਕਰੋੜ ਰੁਪਇਆ ਲੇਕਿਨ ਪੁੱਲਰ ਸਾਹਿਬ ਪੁੱਲਰ ਸਾਹਿਬ ਤਾਂ ਕਹਿੰਦੇ ਮੰਨੇ ਕਿਥੇ ਪੁੱਲਰ ਸਾਹਿਬ ਪਹੁੰਚੇ 150 ਕਰੋੜ ਤੇ ਉਸ ਟਾਈਮ ਇਹ ਮੁਹਾਲੀ ਦੇ ਐਸਐਸਪੀ ਸੀਗੇ ਉਸ ਟਾਈਮ ਇਹ ਮੁਹਾਲੀ ਦੇ ਐਸਐਸਪੀ ਸੀਗੇ 2016 ਵਿੱਚ ਜਦੋਂ ਇਹਨਾਂ ਨੇ ਆਪਣੀ ਜਾਇਦਾਦ 152 ਕਰੋੜ ਰੁਪਇਆ ਡਿਕਲੇਅਰ ਕੀਤੀ ਸੀਗੀ ਇਨੰਨੇ ਦੱਸਿਆ ਵੀ ਕੀ ਕੁਝ ਹੈ ਨਾ ਕੋਲ ਕਹਿੰਦੇ ਮੇਰੇ ਕੋਲ 8 ਕੋਠੀਆਂ ਨੇ ਕਹਿੰਦੇ 4 ਮੇਰੇ ਕੋਲ ਖੇਤੀ ਵਾਲੀ ਜ਼ਮੀਨਾਂ ਨੇ ਕਹਿੰਦੇ 3 ਮੇਰੇ ਕੋਲ ਕਮਰਸ਼ੀਅਲ ਜਿਹਦੇ ਉੱਤੇ ਬਿਜ਼ਨਸ ਕਰ ਸਕਦੇ ਨੇ ਉਹ ਵਾਲੇ ਪਲਾਟ ਨੇ ਇੱਕ ਬਹੁਤ ਤਕੜਾ ਪਲਾਟ ਹੈ 85 ਲੱਖ ਰੁਪਏ ਦਾ ਤੇ ਇੱਕ 1500 ਸਕੁਅਰ ਯਾਰਡ ਦਾ ਖਾਲੀ ਪਲਾਟ ਪਿਆ ਕਿੱਥੇ ਦਿੱਲੀ ਦੇ ਸੈਨਿਕ ਫਾਰਮ ਵਿੱਚ ਦਿੱਲੀ ਦਾ ਸੈਨਿਕ ਫਾਰਮ ਇੱਕ ਬਹੁਤ ਹੀ ਪੌਸ਼ ਇਲਾਕਾ ਬਹੁਤ ਹੀ ਮਹਿੰਗਾ ਇਲਾਕਾ ਉੱਥੇ ਨਾਲ ਦਾ 1.5 ਹਜ਼ਾਰ ਸਕੁਅਰ ਯਾਰਡ ਦਾ ਇੱਕ ਪਲਾਟ ਖਾਲੀ ਪਿਆ ਨਾਲ ਹੀ ਨਾਲ ਅਨਕਲਟੀਵੇਟਿਡ ਲੈਂਡ ਪਈ ਹੈ ਮੁਹਾਲੀ ਦੇ ਵਿੱਚ 45 ਕਰੋੜ ਰੁਪਏ ਦੀ ਅਨਕਲਟੀਵੇਟਡ ਲੈਂਡ ਮਤਲਬ ਸਮਝੋ ਜਿੱਥੇ ਕੋਈ ਖੇਤੀਬਾੜੀ ਨਹੀਂ ਹੋਈ ਬਸ ਪਈ ਹੋਈ ਹੈ ਬੰਜਰ ਪਈ ਹੋਈ ਹੈ ਤਾਂ ਇਹ ਸਾਰੇ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਦੱਸੀਆਂ ਸੀਗੀਆਂ ਉਸ ਟਾਈਮ 2016 ਦੇ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੇ 152 ਕਰੋੜ ਤਾਂ ਇਹਨਾਂ ਨੇ ਪੁੱਛਿਆ ਕਿ ਵੀ ਕਿੱਥੋਂ ਆ ਰਿਹਾ ਪੈਸਾ ਇਹਨਾਂ ਨੇ ਕਿਹਾ ਜੀ ਐਨਸੈਸਟਰਲ ਪ੍ਰਾਪਰਟੀ ਹੈ ਐਨਸੈਸਟਰਲ ਪ੍ਰਾਪਰਟੀ ਮਤਲਬ ਕੀ ਦਾਦੇ ਪਰਦਾਦੇ ਨੇ ਉਹਨਾਂ ਦੀ ਕਮਾਈ ਹੋਈ ਪ੍ਰਾਪਰਟੀ ਹੈ ਉਹ ਅੱਗੇ ਤੋਂ ਅੱਗੇ ਆਈ ਜਾ ਰਹੀ ਹੈ ਉਹ ਅੱਗੇ ਆਈ ਜਾ ਰਹੀ ਹੈ ਤਾਂ ਕਰਕੇ ਮੇਰੇ ਕੋਲ ਇਹਨਾਂ ਵਿੱਚੋਂ 12 ਪ੍ਰਾਪਰਟੀਆ ਇਹੋ ਜਿਹੀਆਂ ਸੀਗੇ ਜਿਨ੍ਹਾਂ ਦੀ ਇਹਨਾਂ ਨੇ ਡੇਟ ਦੱਸੀ ਸੀ ਕਿ ਜਨਵਰੀ 11 2013 ਨੂੰ ਰਜਿਸਟਰ ਕੀਤੀਆਂ ਗਈਆਂ ਸੀਗੇ ਕਿੰਨੀਆਂ ਪ੍ਰਾਪਰਟੀਆਂ 12 ਪ੍ਰਾਪਰਟੀਆਂ ਇਹੋ ਜਿਹੀਆਂ ਸੀਗੀਆਂ ਜਿਹੜੀ ਪੁੱਲਰ ਸਾਹਿਬ ਨੇ 2013 ਜਨਵਰੀ ਵਿੱਚ ਰਜਿਸਟਰ ਕੀਤੀਆਂ ਸੀਗੀਆਂ ਬੀਏ ਆਨਰਸ ਕਰਨ ਤੋਂ ਬਾਅਦ ਆਈਪੀਐਸ ਅਫਸਰ ਬਣੇ ਸੀਗੇ 2004 ਵਿੱਚ ਤੇ ਹੁਣ 20 ਸਾਲ ਹੋਣ ਵਾਲੇ ਨੇ ਬਸ ਡੀਜੀਪੀ ਬਣਨ ਲੱਗੇ ਨੇ ਤਾ ਜੀ ਬਹੁਤ ਜਿਆਦਾ ਸ਼ੌਕਿੰਗ ਸੀ ਮੇਰੇ ਲਈ ਮੈਂ ਜਦੋਂ ਇੱਕ ਗੱਲ ਪੜ੍ਹੀ ਤਾਂ ਇਹਦੇ ਇਹੀ ਨਹੀਂ ਪੰਜਾਬ ਦਾ ਆਈਪੀਐਸ ਕਰੋੜਪਤੀ ਕਲੱਬ ਹੈ ਇੱਕ ਤਰ੍ਹਾਂ ਤੋਂ ਆਪਾਂ ਕਹਿ ਸਕਦੇ ਆ ਆ ਵੇਖੋ ਉਹਨੂੰ ਲੀਡ ਤਾਂ ਓਬਵੀਜੀ ਗੱਲ ਹੈ ਸਾਡੇ ਭੁੱਲਰ ਸਾਹਿਬ ਵੀ ਲੀਡ ਕਰ ਰਹੇ ਨੇ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਭੁੱਲਰ ਸਾਹਿਬ ਦੀ ਵਿਵਰਤ ਕਿੰਨੀ ਹੈ 152 ਕਰੋੜ ਰੁਪਈਆ 152 ਕਰੋੜ ਰੁਪਈਆ ਇਹ ਤੋਂ ਬਾਅਦ 2016 ਦੀ ਗੱਲ ਹੈ ਉਸ ਟਾਈਮ ਏਆਈਜੀ ਹੁੰਦੇ ਸੀਗੇ ਕੋਈ ਆਸ਼ੀਸ਼ ਚੌਧਰੀ ਸਾਹਿਬ ਇਹਨਾਂ ਦੀ 22 ਕਰੋੜ ਰੁਪਈਆ ਸੁਮੇਧ ਸੈਣੀ ਸੀਗੇ ਡੀਜੀਪੀ 16 ਕਰੋੜ ਰੁਪਈਆ ਜਤਿੰਦਰ ਔਲਖ 10 ਕਰੋੜ ਰੁਪਇਆ ਨੌ ਨਿਹਾਲ ਸਿੰਘ ਆਈਜੀ 8 ਕਰੋੜ ਰੁਪਇਆ ਤੇ ਸੰਜੀਵ ਗੁਪਤਾ 8 ਕਰੋੜ ਰੁਪਇਆ ਤਾਂ ਜੀ ਪੰਜਾਬ ਦੇ ਆਈਪੀਐਸ ਆਫੀਸਰਸ ਨਹੀਂ ਹੋਗੇ ਮੈਨੂੰ ਲੱਗਦਾ ਵੀ ਤਕੜੇ ਕਿੰਨੇ ਹੋਗੇ ਮੈਂ ਕਹਿੰਦਾ ਦੂਜੀ ਸਟੇਟਾਂ ਵਿੱਚ ਬਿਜ਼ਨਸਮੈਨ ਇੰਨੇ ਤਕੜੇ ਨਹੀਂ ਹੋਣੇ ਜਿੰਨੇ ਆਪਣੇ ਇੱਥਰ ਦੇ ਆਈਪੀਐਸ ਅਫਸਰ ਨੇ ਹੈਨਾ ਜਿੰਨੇ ਆਪਣੇ ਇੱਧਰ ਦੇ ਆਈਪੀਐਸ ਅਫਸਰ ਨੇ ਤਾਂ ਜੀ ਇਹ ਮੈਨੂੰ ਸਟੋਰੀ ਲੱਗੀ ਮੈਂ ਕਹਾਂ ਤੁਹਾਡੇ ਨਾਲ ਮੈਨੂੰ ਸਾਂਝੀ ਕਰਨੀ ਚਾਹੀਦੀ ਹੈ ਕਾਫੀ ਇੰਟਰਸਟਿੰਗ ਜੀ ਲੱਗੀ ਸੀ ਮੈਂ ਕਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦਾ ਇੱਕ ਆਈਪੀਐਸ ਅਫੀਸਰ ਹੈ ਜਿਹੜਾ ਕਿ ਕੈਪਟਨ ਅਮ ਅੱਗੇ ਵਧਦੇ ਹੋਇਆ ਬਹੁਤ ਸਾਰੇ ਪੇਪਰ ਆ ਰਹੇ ਨੇ ਤੁਹਾਨੂੰ ਪਤਾ ਹੈ ਹੁਣ ਬਹੁਤ ਸਾਰੇ ਹੋ ਚੁੱਕੇ ਨੇ ਤੇ ਆਉਣ ਵਾਲੇ ਨੇ ਕਾਫੀ ਸਾਰੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਹੈ ਪੰਜਾਬ ਪੁਲਿਸ ਕਾਂਸਟੇਬਲ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਹੈ ਨਾਇਬ ਤਹਿਸੀਲਦਾਰ ਹੈ ਪੀ ਟ੍ਰਿਪਲ ਐਸ ਬੀ ਕਲਰ ਪੀ ਟ੍ਰਿਪਲ ਐਸ ਬੀ ਡਾਟਾ ਐਂਟਰੀ ਆਪਰੇਟਰ ਤੇ ਹੋਰ ਆਉਣ ਵਾਲੀ ਵੈਕੈਂਸੀ ਦੀ ਜੇ ਮੈਂ ਗੱਲ ਕਰਾਂ ਨਵਾਂ ਐਕਸਾਈਜ਼ ਇੰਸਪੈਕਟਰ ਆ ਰਿਹਾ ਹੈ ਨਵਾਂ ਨਾਇਬ ਤਹਿਸੀਲਦਾਰ ਨਵਾਂ ਕੋਆਪਰੇਟਿਵ ਤੇ ਗੱਲਾਂ ਤਾਂ ਵਿਸ਼ਵਾਸ ਕਰੀ ਤਾਂ ਪਟਵਾਰੀ ਵੀ ਆ ਰਿਹਾ ਹੈ ਤਾਂ ਪੰਜਾਬ ਵੱਡਾ ਉੱਤੇ ਆਏ ਹੋ ਤਾਂ ਪੰਜਾਬ ਵੱਡਾ ਉੱਤੇ ਉਹਨਾਂ ਦੇ ਤੁਹਾਨੂੰ ਅ ਦੇ ਦਿਨ ਹੋ ਚੁੱਕਾ ਹੈ ਬਲਕਿ ਇਹਦਾ ਜਿਹੜਾ ਰੇਟ ਹੁੰਦਾ ਹੈ ਪ੍ਰਾਈਸ ਵੈਸੇ 6000 ਹੁੰਦਾ ਹੈ ਲੇਕਿਨ ਅਜੇ ਤਾਂ ਤੁਸੀਂ ਪੜ ਰਹੇ ਹੋ 78% ਦੀ ਛੂਟ ਮਿਲਦੀ ਹੈ Y383 ਲਾ ਕੇ ਇਹ ਕੋਡ ਲਾਇਆ ਨਹੀਂ ਤੇ ਤੁਹਾਨੂੰ ਇਹ 1380 ਆ ਦਾ ਪਿਆ ਨਹੀਂ ਤਾਂ ਜੀ ਬਹੁਤ ਸੌਖਾ ਹੋ ਗਿਆ ਇਹ ਇਦਾਂ ਹੀ ਇੱਕ ਬੈਚ ਹੈ ਜਿਹੜਾ ਸਬ ਇਨਸਪੈਕਟਰ ਦਾ ਪੇਪਰ ਜਿਹੜਾ ਡਿਕਲੇਅਰ ਕੀਤਾ ਹੋਇਆ ਕਿ ਤੀਜੇ ਹਫਤੇ ਵਿੱਚ ਹੋਊਗਾ ਜੂਨ ਦੇ ਤਾਂ ਇਹ ਜਿਹੜਾ ਹੈ ਇਹਦਾ ਵੀ ਰੇਟ ਵੈਸੇ 4000 ਹੈ ਲੇਕਿਨ Y383 Y383 ਲਾ ਕੇ ਦਵਾਰੇ ਇਹ ਵੀ ਪਿਆ ਜਾਂਦਾ ਸਿਰਫ 919 ਦਾ ਲੇਕਿਨ ਜੇ ਆਪਾਂ ਅੱਗੇ ਤਾਂ ਸੁਪਨਾ ਲੈ ਕੇ ਚੱਲਣਾ ਹੈ ਕਿ ਸਰ ਚੱਜ ਨਾਲ ਤਿਆਰੀ ਕਰਨੀ ਹੈ ਇਹ ਨਹੀਂ ਕਿ ਸਰ ਮਹੀਨੇ ਚ ਤਿਆਰੀ ਕਰ ਲਈ 2 ਮਹੀਨੇ ਚ ਤਿਆਰੀ ਕਰ ਲਈ 3 ਮਹੀਨੇ ਚ ਤਿਆਰੀ ਕਰ ਲਈ ਨਹੀਂ ਤਾਂ ਕਈ ਸਾਰੇ ਬੱਚੇ ਨੇ ਮੇਰੇ ਕੋਲ ਇਹੋ ਜਿਹੇ ਮਿਲਦੇ ਨੇ ਕਿ ਸਰ ਸਾਨੂੰ ਐ ਨਹੀਂ ਕਰਨਾ ਕਿ ਅਸੀਂ ਦੇਖੋ 45 ਦਿਨ ਰਹਿ ਗਏ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਪੇਪਰ ਚ ਕਰਾ ਦਿਓ ਤਿਆਰੀ ਕਰਾ ਦਿਓ ਤਿਆਰੀ ਨਹੀਂ ਕਰ ਸਕਦੇ ਬਹੁਤ ਔਖਾ ਜ਼ਰੂਰ ਹੈ ਆਪਾਂ ਤਿਆਰੀ ਵੀ ਕਰਾ ਰਹੇ ਹਾਂ ਲੇਕਿਨ ਉਹਨਾਂ ਨੂੰ ਵੀ ਚੀਜ਼ ਪਤਾ ਹੈ ਕਿ ਔਖਾ ਹੈ ਤੇ ਸਾਰੇ ਲਈ ਔਖਾ ਹੈ ਇਦਾਂ ਨਹੀਂ ਉਹਨਾਂ ਲਈ ਸਾਰੇ ਲਈ ਔਖਾ ਹੈ ਸਰਕਾਰ ਨੇ ਟਾਈਮ ਨਹੀਂ ਦਿੱਤਾ ਅਸੀਂ ਕਿੱਦਾਂ ਕਰਦੇ ਤਾਂ ਅੱਗੇ ਜੇ ਤੁਸੀਂ ਹੋਰ ਵੀ ਪੇਪਰ ਦੇਣਾ ਚਾਹੁੰਦੇ ਹੋ ਤਾਂ ਮੈਂ ਇੱਕ ਗੱਲ ਕਹਾਂਗਾ ਆਪਣੀ ਫਾਊਂਡੇਸ਼ਨ ਤਕੜੀ ਕਰੋ ਆਪਣੀ ਨੀਹਾਂ ਆਪਣੀ ਨਾ ਜੜਾਂ ਤਕੜੀਆਂ ਕਰੋ ਇੱਕ ਵਾਰ ਤੁਹਾਡੀ ਜੜੀਆਂ ਜੜਾਂ ਤੁਹਾਡੀਆਂ ਨੀਹਾਂ ਤੁਹਾਡੀਆਂ ਫਾਊਂਡੇਸ਼ਨ ਤਕੜੀ ਹੋਗੀ ਨਾ ਮੈਂ ਕਹਿੰਦਾ ਕੋਈ ਪੇਪਰ ਆ ਜਾਵੇ ਸਾਹਮਣੇ ਤੁਸੀਂ ਛੱਡੋਗੇ ਨਹੀਂ ਕੋਈ ਪੇਪਰ ਆ ਜਾਵੇ ਜਿੱਦਾਂ ਮੈਂ ਬੱਚਿਆਂ ਨੂੰ ਇਹੀ ਐਗਜ਼ਾਮਪਲ ਦਿਨਾ ਫਿਰਦਾ ਬਰਜ ਖਲੀਫਾ ਦਾ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਸਭ ਤੋਂ ਵੱਡੀ ਬਿਲਡਿੰਗ ਹੈ ਇਹ ਇਹ ਕਦੇ ਵੀ ਅਰਥ ਕੇ ਕਾਂਡ ਤੇ ਡਿੱਗੂਗੀ ਨਹੀਂ ਇੰਨੀ ਉੱਚੀ ਹੈ ਹਵਾ ਦਾ ਝੋਕਾ ਵੀ ਨਹੀਂ ਖਾਂਦੀ ਹੈ ਕਿਉਂਕਿ ਇੰਨੀ ਉੱਚੀ ਹੈ ਇਹ ਤੁਹਾਨੂੰ ਲੱਗ ਸਮਝ ਰਹੇ ਹੋ ਨਾ ਇਹ ਝੋਕਾ ਵੀ ਖਾ ਜਾਂਦੀ ਲekin ਇਹ ਝੋ ਇਹਨਾਂ ਨੇ ਆਪਣੀ ਫਾਊਂਡੇਸ਼ਨ ਦੇ ਵਿੱਚ ਬਿਜਲੀ ਪਾਈ ਹੋਈ ਹੈ ਪਤਾ ਬਿਜਲੀ ਚੱਲਦੀ ਰਹਿੰਦੀ 24 ਘੰਟੇ 24/7 24 ਘੰਟੇ 7 ਦਿਨ 365 ਦਿਨ ਸਾਲ ਦੇ ਬਿਜਲੀ ਚੱਲਦੀ ਹੈ ਫਾਊਂਡੇਸ਼ਨ ਦੇ ਵਿੱਚ ਕਿਉਂ ਕਿ ਇੰਨੀ ਤਕੜੀ ਹੈ ਤਾਂ ਹੀ ਤਾਂ ਐਡੀ ਵੱਡੀ ਬਿਲਡਿੰਗ ਖੜੀ ਹੋਈ ਹੈ ਤਾਂ ਹੀ ਇਹਨਾਂ ਦਾ ਪੈਸਾ ਬਣਾਈ ਜਾਂਦੇ ਨੇ ਇਹੀ ਮੈਂ ਕਹਿੰਦਾ ਬੱਚਿਆਂ ਨੂੰ ਆਪਣਾ ਨਾ ਫਾਊਂਡੇਸ਼ਨ ਬਣਾਓ ਫਾਊਂਡੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਫਾਊਂਡੇਸ਼ਨ ਤੋਂ ਮੇਨਾ ਤੁਸੀਂ ਕਰ ਰਹੇ ਹੋ ਤੁੱਕਾ ਲੱਗ ਸਕਦਾ ਲੇਕਿਨ ਫਾਊਂਡੇਸ਼ਨ ਹੈ ਸ਼ੋਰ ਸ਼ਾਟ ਸਿਲੈਕਸ਼ਨ ਟੀ20 ਕ੍ਰਿਕਟ ਖੇਡਦੇ ਅੱਜ ਕੱਲ ਦੇ ਟੀ20 ਵਿੱਚ ਬਣਾ ਦਿੰਦੇ ਨੇ 35 35 ਬੋਲਾਂ ਤੇ 100 ਰਨ ਉਹੀ ਬੰਦਾ ਜਿਹੜਾ ਟੈਸਟ ਕ੍ਰਿਕਟ ਖੇਡਣ ਆਂਦਾ ਨਾ ਉਹ ਤਾਂ 10 ਰਨ ਨਹੀਂ ਬਣਦੇ ਕਿਉਂ ਕਿਉਂਕਿ ਫਾਊਂਡੇਸ਼ਨ ਤਕੜੀ ਹੈ ਨਹੀਂ ਉੱਥੇ ਤਾਂ ਆਏ ਬਲ ਬਗਾ ਬਗਾ ਕੇ ਲੱਪੇ ਮਾਰੀ ਗਏ ਕਿੱਥੇ ਬਾਲ ਪਹੁੰਚ ਗਈ ਪਹੁੰਚ ਗਈ ਟੈਸਟ ਵਿੱਚ ਹੋ ਨਹੀਂ ਸਕੇ ਤਾਂ ਇਹ ਫਾਊਂਡੇਸ਼ਨ ਹੈ ਤਾਂ ਪੰਜਾਬ ਅੱਡਾ 24/7 ਤੁਹਾਡੇ ਲਈ ਸਬ ਇੰਸਪੈਕਟਰ ਦੇ ਪੇਪਰ ਤੋਂ ਬਾਅਦ ਲੈ ਕੇ ਆਊਗਾ ਇੱਕ ਫਾਊਂਡੇਸ਼ਨ ਬੈਚ ਤਿੰਨ ਤੋਂ ਚਾਰ ਮਹੀਨੇ ਬੈਚ ਚੱਲਣ ਵਾਲਾ ਹੈ ਦਿਨ ਦੀ ਸਿਰਫ 2 ਤੋਂ 3 ਘੰਟੇ ਕਲਾਸ ਹੋਗੀ ਬਸ ਉਤਮ ਬਾ ਤੁਹਾਨੂੰ ਰਿਵੀਜ਼ਨ ਕਰਨੀ ਹੈ ਆਪਣਾ ਐਪ ਕਿਉਂਕਿ ਪ੍ਰੋਪਰ ਤਿਆਰੀ ਕਰਨੀ ਹੈ ਕੋਈ ਪੇਪਰ ਟਾਰਗੇਟ ਨਹੀਂ ਕਰ ਰਹੇ ਇਹਦੇ ਵਿੱਚ ਅਸੀਂ ਕੀ ਬੱਚਾ ਮੈਥੋਂ ਪੁੱਛੇ ਸਰ ਕਲਰਕਲੀ ਹੋ ਜਾਊਗਾ ਸਰ ਕਨਸਟੇਬਲ ਤੋਂ ਪਹਿਲਾਂ ਹੋ ਜਾਊਗਾ ਸਰ ਇਹ ਤੋਂ ਪਹਿਲਾਂ ਹੋ ਜਾਊਗਾ ਨਹੀਂ ਇਹ ਤਿੰਨ ਤੋਂ ਚਾਰ ਮਹੀਨੇ ਅਸੀਂ ਸਬ ਇਨਸਪੈਕਟਰ ਦੇ ਪੇਪਰ ਦੇ ਬਾਅਦ ਸਟਾਰਟ ਕਰਾਂਗੇ ਉਹਨਾਂ ਬੱਚਿਆਂ ਲਈ ਸਾਰੇ ਬੱਚਿਆਂ ਲਈ ਜਿਹੜੇ ਆਪਣਾ ਫਾਊਂਡੇਸ਼ਨ ਤਕੜੀ ਕਰਨਾ ਚਾਹੁੰਦੇ ਨੇ ਜਾਂ ਤਾਂ ਇੱਕ ਵਾਰ ਫਾਊਂਡੇਸ਼ਨ ਤਕੜੀ ਕਰ ਲਓ ਜਾਂ ਫਿਰ 50 ਬੈਚ ਲਾ ਲਓ ਇੱਕ ਬਰਾਬਰ ਹੈ ਕਿ ਜਿਹੜੀ ਪੰਜਾਬ ਐ ਬੈਚ ਲਾਉਣ ਤੋਂ ਬਾਅਦ ਜੇ ਤੁਹਾਨੂੰ ਸੋਚਦੀ ਆਉਗੇ ਕਿ ਮੈਂ ਕੁਛ ਨਾ ਕੁਛ ਗਲਤੀ ਤਾਂ ਕਰ ਰਹਾ ਹਾਂ ਹੁਣ ਮੈਨੂੰ ਕਿੱਥੇ ਸੁਧਾਰਨਾ ਚਾਹੀਦਾ ਹੈ ਜਾਂ ਇੱਕ ਵਾਰ ਫਾਊਂਡੇਸ਼ਨ ਲਾ ਲਈ ਆਪਣੀ ਜੜ੍ਹਾਂ ਇੰਨੀ ਤਕੜੀਆਂ ਕਰ ਲਈ ਆਪਣੇ ਪੈਰ ਇੰਨੇ ਮਜ਼ਬੂਤ ਕਰ ਲਏ ਕਿ ਕੋਈ ਵੀ ਬੋਲ ਆਵੇ ਕੋਈ ਵੀ ਸਵਾਲ ਆਵੇ ਤੁਸੀਂ ਬਾ ਚੱਕਾ ਤਿੰਨ ਤੋਂ ਚਾਰ ਮਹੀਨੇ ਬੈਚ ਚੱਲੂਗਾ ਸਾਰਾ ਸਿਲੇਬਸ ਹੋਗਾ ਆਬਵੀਅਸਲੀ ਪੀਡੀਐਫ ਮਿਲਣਗੇ ਆਬਵੀਅਸਲੀ ਤੇ ਗਾਈਡੈਂਸ ਵੀ ਲੋਕੀ ਤੁਹਾਨੂੰ ਸਪੈਸ਼ਲ ਮੇਰੇ ਵੱਲੋਂ ਮਿਲੋਗੇ ਸਪੈਸ਼ਲ ਵੀਡੀਓ ਕਾਲ ਵਾਲੇ ਬੈਚ ਵਿੱਚ ਤੁਸੀਂ ਜੁੜੋਗੇ ਤੇ ਨਾਲ ਨਾਲ ਮੈਂ ਤੁਹਾਡਾ ਰੈਗੂਲਰ ਬੇਸਿਸ ਤੇ ਟੈਸਟ ਵੀ ਲ ਹੁਣ ਮਹਾਂਪੈਕ ਹੈ ਕਿ 14000 ਦਾ ਹੈ ਵੈਸੇ ਲੇਕਿਨ Y383 ਗਾਈਡੈਂਸ ਲਈ ਵੀ Y383 ਧਿਆਨ ਰੱਖਣਾ ਹੈ ਇਹ ਡਿਸਕਾਊਂਟ ਕੋਲ ਅਲੱਗ ਇੱਕ ਤਾਂ ਡਿਸਕਾਊਂਟ ਮਿਲਦਾ ਹੈ ਨਾਲੇ ਨਾਲ ਤੁਸੀਂ ਜੁੜਦੇ ਹੋ ਮੇਰੇ ਨਾਲ ਇੱਕ ਫ੍ਰੀ ਆਫਕਾਸਟ ਗਾਈਡੈਂਸ ਬੈਚ ਦੇ ਵੀ ਜਿਹੜਾ ਕਿ ਵੀਡੀਓ ਕਾਲ ਤੇ ਹੋਊਗਾ ਕਿਉਂਕਿ ਦੇਖੋ YouTube ਤੇ ਪ੍ਰੋਬਲਮ ਕੀ ਹੈ ਆਨਲਾਈਨ 'ਚ ਪ੍ਰੋਬਲਮ ਕੀ ਹੈ ਆਪਾਂ ਇਕ ਦੂਜੇ ਨੂੰ ਦੇਖ ਨਹੀਂ ਸਕਦੇ ਗਲਤ ਨਹੀਂ ਕਹਿ ਰਹਾ ਤੁਹਾਨੂੰ ਕੁਝ ਕੱਲ ਕਹਿਣੀ ਹੋਵੇ ਤੁਸੀਂ ਐਡਾ ਵੱਡਾ ਪੈਰਾ ਲਿਖ ਦਿੰਦੇ ਹੋ ਤੁਹਾਨੂੰ ਲਿਖਦੇ ਹੋਏ ਵੀ ਸਮਝ ਨਹੀਂ ਆਉਂਦਾ ਅੱਧੀ ਵਾਰ ਗਲਤ ਲਿਖਦਾ ਫੇਰ ਸਾਰਾ ਲਿਖੋ ਦੁਬਾਰੇ ਤੋਂ ਵੀਡੀਓ ਕਾਲ ਤੇ ਹੈਂ ਆ ਦੇਖੋ ਇਧਰ ਕੋਈ ਵੀ ਪੇਪਰ ਆਵੇ 1 ਸਾਲ ਤੱਕ ਦਾ A ਤੋਂ Z ਕੋਈ ਵੀ ਪੇਪਰ ਆਵੇ ਤੇ ਜਿਹੜੇ ਜਾ ਚੁੱਕੇ ਪੇਪਰ ਨੇ ਉਹਨਾਂ ਦਾ ਵੀ ਸਾਰੀ ਰਿਕਾਰਡਡ ਚੀਜ਼ਾਂ ਮਿਲਣਗੀਆਂ ਠੀਕ ਹੈ ਜੀ ਸਭ ਕੁਝ ਸਾਰੀ ਕਲਾਸਾਂ ਸਾਰੀਆਂ ਟੈਸਟ ਸੀਰੀਜ਼ਾਂ ਕਿੱਥੇ ਪੰਜਾਬ ਦੇ ਮਹਾਪੈਕਟ ਤੇ ਫਾਊਂਡੇਸ਼ਨ ਬੈਚ ਵੀ ਇਹਦੇ ਵਿੱਚ ਹੀ ਇਨਕਲੂਡਡ ਹੋਊਗਾ ਤਾਂ ਇਹਦਾ ਮੁੱਲ ਕਿੰਨਾ ਮਹਾਪੈਕਟ ਦਾ 14000 ਦੀ ਥਾਂ 7383 ਲਾ ਕੇ ਸਿਰਫ 3219 ਦਾ ਤੇ ਨਾਲੇ ਨਾਲ ਕਿਉਂਕਿ ਤੁਸੀਂ 7383 ਵਾਲੇ ਹੋਗੇ ਤੁਹਾਨੂੰ ਮਿਲੂਗਾ ਇੱਕ ਸਪੈਸ਼ਲ ਗਾਈਡੈਂਸ ਸਾਡਾ ਬੈਚ ਐਡਾ ਵੀਡੀਓ ਕਾਲ ਤੇ ਇਹ ਮੈਂ ਬੈਠਾ ਸੀਗਾ ਰਾਮ ਨਾਲ ਆ ਬੱਚੇ ਮੈਥੋਂ ਬੱਚਾ ਕਹਿੰਦਾ ਸਰ ਕਿਤਾਬ ਦੱਸ ਦੋ ਕੋਈ ਮੈਂ ਕਿਤਾਬ ਦੱਸ ਦਿੰਦਾ ਬੱਚਾ ਕਹਿੰਦਾ ਸਰ ਟਾਈਮ ਟੇਬਲ ਕਿੱਦਾਂ ਬਣਾ ਆਪਾਂ ਟਾਈਮ ਟੇਬਲ ਬਣਾਤਾ ਬੱਚਾ ਕਹਿੰਦਾ ਸਰ ਤਿਆਰੀ ਵਧੀਆ ਹੋਈ ਵੀ ਹੈ ਸਰ ਪੜ੍ਹਦੇ ਹੋਏ ਸਭ ਕੁਝ ਵਧੀਆ ਹੁੰਦਾ ਲੇਕਿਨ ਪੇਪਰ 'ਚ ਨੰਬਰ ਆਉਂਦੇ ਉਹ ਦੱਸਿਆ ਮੈਂ ਹੱਲ ਕਿੱਦਾਂ ਕਰਨਾ ਟੈਸਟ ਕਿੱਦਾਂ ਅਟੈਂਪਟ ਕਰਨੇ ਟੈਸਟ ਸੀਰੀਜ਼ ਕਿੱਦਾਂ ਅਟੈਂਪਟ ਕਰਨੀਆਂ ਉਹ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ ਇੱਥੇ ਤੇ ਕਿੱਦਾਂ ਹੋਊਗਾ ਉਹ ਜਦੋਂ ਤੁਸੀਂ ਡਿਸਕਾਊਂਟ ਕੋਡ ਵਰਤੋਂਗੇ Y383Y383 ਕਲਾਸ ਖਤਮ ਹੁੰਦੇ ਆ ਹੀ ਇਹਦਾ ਮੈਂ ਲਿੰਕ ਲਾ ਦੂੰਗਾ ਥੱਲੇ ਦੇਖੋ ਯਾਰ ਤਾਂ ਯਾਰ ਇੱਕ ਇੱਕ ਅੱਡ ਅੱਡ ਬੈਚ ਲਿੰਦਾ ਪਰ ਫਿਰਦਾ ਬੱਚੋ ਕਦੇ ਇਹਦਾ ਬੈਚ ਲੋ ਕਦੇ ਉਹਦਾ ਬੈਚ ਲੋ ਕਦੇ ਇਹਦੀ ਟੈਸਟ ਸੀਰੀਜ਼ ਲੋ ਕਦੇ ਉਹਦੀ ਟੈਸਟ ਸੀਰੀਜ਼ ਲੋ ਫਿਰ ਕਦੇ ਕਰੰਟ ਅਫੇਅਰ ਦਾ ਬੈਚ ਆ ਗਿਆ ਉਹਦਾ ਜੀ ਕੀਤਾ ਪੰਜਾਬ ਜੀ ਕੇ ਦਾ ਕ੍ਰੈਸ਼ ਕੋਰਸ ਆ ਗਿਆ ਕਦੇ ਰਿਵੀਜ਼ਨ ਬੈਚ ਆ ਗਿਆ ਕਦੇ ਐਮਸੀਕਿਊ ਬੈਚ ਆ ਗਿਆ ਬੈਚੀ ਬੈਚ ਕਰੀ ਜਾਵਾਂਗੇ ਆਪਾਂ ਇਹਦਾ ਤਾਂ ਤਾਂ ਉਹਨਾਂ ਸਾਰਿਆਂ ਦੀ ਥਾਂ ਤੇ ਕ੍ਰੈਸ਼ ਕੋਰਸ ਰਿਵੀਜ਼ਨ ਬੈਚ A ਤੋਂ Z, ਸਪੈਸ਼ਲ ਬੈਚ, ਕਰੰਟ ਅਫੇਅਰ ਦੇ, ਪੰਜਾਬ ਜੀਕੇ, ਸਟੈਟਿਕ ਜੀਕੇ ਮੈਥ ਦੇ ਤੇ ਫਾਊਂਡੇਸ਼ਨ ਬੈਚ A ਤੋਂ Z ਮਿਲੂਗਾ ਪੰਜਾਬ ਦੇ ਮਹਾਪੈਕ ਵਿੱਚ। ਤੇ ਇਹ ਧਿਆਨ ਰੱਖਣੀ ਚੀਜ਼ ਇਹ ਡਿਸਕਾਊਂਟ ਕੋਡ ਲਾ ਕੇ। ਕਲਾਸ ਖਤਮ ਹੁੰਦੇ ਆਂ ਮੈਂ ਥੱਲੇ ਲਿੰਕ ਲਾ ਦੂੰਗਾ ਇੱਕ ਕਮੈਂਟਾਂ ਵਿੱਚ ਚੈੱਕ ਕਰਿਓ, ਲਿੰਕ ਲਾ ਦੂੰਗਾ। ਉੱਥੇ ਕਲਿੱਕ ਕਰਕੇ ਤੁਸੀਂ ਮਹਾਪੈਕ ਤੇ انرੋਲ ਕਰ ਸਕਦੇ ਹੋ। ਜਿੱਦਾਂ ਹੀ ਉਹਦੇ ਉੱਤੇ ਕਲਿੱਕ ਕਰੋਗੇ ਨਾ ਮੈਂ ਦਿਖਾਣਾ ਤੁਹਾਨੂੰ ਤੁਸੀਂ ਕਿਹੜੇ ਪੇਜ ਉੱਤੇ ਆ ਕੇ ਆਓਗੇ। ਜਿੱਦਾਂ ਹੀ ਉੱਥੇ ਤੁਸੀਂ ਕਲਿੱਕ ਕਰੋਗੇ ਤੁਸੀਂ ਇਸ ਪੇਜ ਤੇ ਆ ਕੇ ਵੱਜ ਜੂਗੇ ਹੁਣ ਆ ਵੇਖੋ 1712 ਟੈਸਟ ਸੀਰੀਜ਼ਾਂ ਦਿੱਤੀਆਂ ਹੋਈਆਂ ਬੱਚਾ ਪਾਰਟੀ ਹੈ 1712 ਉਹ ਟੈਸਟ ਸੀਰੀਜ਼ਾਂ ਨੇ ਜਿਹੜੇ ਪੇਪਰ ਅਜ ਤੱਕ ਹੋ ਚੁੱਕੇ ਨੇ ਦੇਖੋਗੇ ਕਿਹੜੀਆਂ ਟੈਸਟ ਸੀਰੀਜ਼ਾਂ ਆ ਦੇਖੋ ਕਿਹੜੀਆਂ ਟੈਸਟ ਸੀਰੀਜ਼ਾਂ ਨੇ ਆ ਦੇਖੋ ਟੈਸਟ ਸੀਰੀਜ਼ਾਂ ਦੇਖੋ ਪਟਵਾਰੀ ਦੀ ਕਲਰਕ ਦੀ ਨੈਪ ਤਹਿਸੀਲਦਾਰ ਦੀ ਪੀਐਸਟਟ ਹਾਂਜੀ ਪੀਐਸਟ ਟਿਟਿਟੀ ਮਾਸਟਰ ਕਾਰਡਰ ਵੀ ਇਨਕਲੂਡਡ ਕੋਆਪਰੇਟਿਵ ਇਨਸਪੈਕਟਰ ਐਫਸੀਆਈ ਵਾਚਮੈਨ ਹੈ ਕੋਆਪਰੇਟਿਵ ਬੈਂਕ ਕਲਰਕ ਹੈ ਪੀਐਸਪੀਸੀਲ ਜੇਈ ਹੈ ਕਨਸਟੇਬਲ ਹੈ ਸਬ ਇਨਸਪੈਕਟਰ ਹੈ ਏ ਤੇ 1834 ਵੀਡੀਓ ਜਿਹੜੇ ਪੁਰਾਣੇ ਬੈਚ ਹੋ ਚੁੱਕੇ ਨੇ ਸਾਰੇ ਰਿਕਾਰਡਡ ਪਏ ਹੋਏ ਨੇ ਆ ਵੇਖੋ ਜੀ ਇੱਕ ਅੰਗਰੇਜ਼ੀ ਸਪੀਕਿੰਗ ਦਾ ਬੈਚ ਵੀ ਤੁਹਾਡੇ ਕੋਲ ਪਿਆ ਹੋਇਆ ਸਪੈਸ਼ਲ ਪੰਜਾਬ ਦੇ ਪੀਪੀਐਸਸੀ ਦਾ ਬੈਚ ਹੈ ਜੀਕੇ ਦਾ ਬੈਚ ਹੈ ਅਡ ਤੋਂ ਕੰਪਿਊਟਰ ਦਾ ਬੈਚ ਹੈ ਟੈਟ ਦਾ ਬੈਚ ਹੈ ਈਵਨ ਐਗਰੀਕਲਚਰ ਸਬ ਇੰਸਪੈਕਟਰ ਦਾ ਬੈਚ ਹੈ ਬਹੁਤ سارے ਬੈਚ ਨੇ ਪੁਰਾਣੇ ਤੇ ਜਦੋਂ ਨਵੇਂ ਸ਼ੁਰੂ ਹੋਣਗੇ ਉਹਨਾਂ ਦੀ ਬੱਚਾ ਪਾਰਟੀ ਆਪਾਂ ਲਾਈਵ ਕਲਾਸਾਂ ਦੇਖਾਂਗੇ ਟੈਸਟ ਸੀਰੀਜ਼ ਰਿਵੀਜ਼ਨ ਬੈਚ ਰਿਕਾਰਡਡ ਵੀਡੀਓ ਈ-ਬੁੱਕ ਇਵਨ ਅੰਗਰੇਜ਼ੀ ਸਪੀਕਿੰਗ ਦਾ ਕੋਰਸ ਫ੍ਰੀ ਆਫ ਕਾਸਟ ਕਿੰਨੇ ਵਿੱਚ ਵੈਸੇ 14000 ਹੁੰਦਾ ਲੇਕਿਨ ਆਟੋਮੈਟਿਕਲੀ ਇੱਕ ਡਿਸਕਾਊਂਟ ਕੋਡ ਲਾ ਕੇ ਰੱਖ ਦਿੰਨੇ ਬੱਚਿਆਂ ਨੂੰ ਲੱਗਦਾ ਸਰ ਸਸਤਾ ਪੜ ਗਿਆ ਆਪਾਂ ਹੋਰ ਸਸਤਾ ਕਰਾਂਗੇ ਆਪਾਂ ਮੋਰ ਆਫਰ ਤੇ ਜਾਉਂਗੇ ਤੇ ਆਪਾਂ ਡਿਸਕਾਊਂਟ ਕੋਡ ਭਰਾਂਗੇ Y383Y383 ਇਹ ਕਿਉਂ ਭਰਾਂਗੇ ਮੈਂ ਜਿੱਦਾਂ ਤੁਹਾਨੂੰ ਕਿਹਾ ਇਹ ਕਿਉਂ ਭਰਾਂਗੇ ਆਪਾਂ ਇੱਕ ਤਾਂ ਸਾਨੂੰ ਪਊਗਾ ਡਿਸਕਾਊਂਟ 14000 ਦੀ ਥਾਂ ਪੈ ਗਿਆ 3219 ਦਾ ਤੇ ਦੂਜਾ ਤੁਹਾਨੂੰ ਕੀ ਮਿਲੂਗਾ স্পেশਲ ਜਿਹੜਾ ਗਾਈਡੈਂਸ ਵਾਲਾ ਵੀਡੀਓ ਕਾਲ ਵਾਲਾ ਬੈਚ ਨਹੀਂ ਤਾਂ ਉਹ ਨਹੀਂ ਮਿਲੂਗਾ ਹੋ ਸਕਦਾ ਤੁਹਾਡੇ ਕੋਲ ਬੱਚੇ ਫੋਨ ਵੀ ਆਣ ਕਿ ਨਹੀਂ ਜੀ ਗਗਨ ਸਰ ਦਾ ਬੈਚ ਚੇਂਜ ਹੋ ਗਿਆ ਗਗਨ ਸਰ ਦਾ ਕੋਡ ਐਕਸਪਾਇਰ ਹੋ ਗਿਆ ਗਗਨ ਸਰ ਨਾਲ ਅਸੀਂ ਜੋੜ ਦੂੰਗੇ ਨਹੀਂ ਮੇਰੇ ਨਾਲ ਜੇ ਜੁੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹੀ ਵਰਤਨਾ ਪੈਣਾ Y383Y383 ਅੱਡਾ 247 ਦੀ ਐਪ ਡਾਊਨਲੋਡ ਕਰਿਓ ਉੱਥੇ ਪੰਜਾਬ ਮਹਾਪੈਗ ਲਿਖੇ ਵਾਏ 383 ਤੇ ਐਪ ਤੇ ਮਿਲਣਗੇ ਕੁਆਇਨਸ ਮਾਈਨਸ 100 ਕੁਆਇਨਸ ਹੋ ਜਾਣਗੇ ਤੁਹਾਡੇ ਤੇ ਇਹ ਤੁਹਾਨੂੰ ਹੋਰ ਸਸਤਾ ਹੋ ਜਾਊਗਾ 3080 ਦਾ ਹੋ ਜਾਊਗਾ ਸੌਰੀ ਮਾਈਨਸ 100 ਕਿਉਂ ਹੋ ਗਏ ਜ਼ਿਆਦਾ ਘਟਣਗੇ ਸੌਰੀ ਗਣਿਤ ਥੋੜੀ ਖਰਾਬ ਹੈ ਮੇਰੀ ਤਾਂ 3080 ਦੇ ਪੂਰੇ 1 ਸਾਲ ਤੱਕ ਦੇ ਸਾਰੇ ਪੇਪਰਾਂ ਦੀ ਤਿਆਰੀ ਫਾਊਂਡੇਸ਼ਨ ਬੈਚ ਹੋਵੇ ਫਾਊਂਡੇਸ਼ਨ ਬੈਚ ਆਪਣਾ ਬੇਸ ਬਣਾਇਆ ਫਿਰ ਜਦੋਂ ਮਹੀਨੇ ਵਾਲਾ ਬੈਚ ਆਇਆ ਉਹਦੇ ਵਿੱਚ ਫਟਾਫਟ ਬੈ ਕੇ ਰਿਵੀਜ਼ਨ ਕਰ ਲਈ ਫਿਰ ਪੇਪਰ ਪਹਿਲਾਂ ਜਦੋਂ ਕ੍ਰੈਸ਼ ਕੋਰਸ ਆ ਕ੍ਰੈਸ਼ ਕੋਰਸ ਵੀ ਕਰ ਲਿਆ ਟੈਸਟ ਸੀਰੀਜ਼ ਵੀ ਲਾ ਲਈ ਤੇ ਪੇਪਰ ਤੋਂ ਪਹਿਲਾਂ ਹਫਤਾ ਜਿਹੜਾ ਐਮਸੀਕਿਊ ਬੈਚ ਹੈ ਕੁਐਸਚਨ ਆਨਸਰ ਵੀ ਲਾ ਲੇ ਇਹ ਹੈ ਜੀ ਪਰਫੈਕਟ ਇੱਕ ਕਹਿ ਸਕਦੇ ਆਪਾਂ ਰੋਡ ਮੈਪ ਜਿਹੜਾ ਸਾਡਾ ਪੇਪਰ ਪਾਸ ਕਰ ਸਕਦਾ ਹੈ ਲੇਕਿਨ ਧਿਆਨ ਰੱਖਣਾ ਪੰਜਾਬ ਮਹਾਪੈਕ ਹੀ ਉਹ ਤੇ ਸਾਨੂੰ ਬਹੁਤ ਸਸਤਾ ਮਿਲ ਰਿਹਾ ਕਿੰਦਾ 14000 ਦੀ ਥਾਂ 9383 9383 ਲਾ ਕੇ 3080ਾਂ ਚ ਤੇ ਜੇ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਹੈ ਜੀ ਡਿਸਕਾਊਂਟ ਕੋ ਤੁਸੀਂ ਮੈਨੂੰ ਕਿਤੇ ਵੀ ਅਪਰੋਚ ਕਰ ਲਓ ਤੁਸੀਂ ਟੈਲੀਗ੍ਰਾਮ ਤੇ ਕਰਦੇ ਹੋ ਤੁਸੀਂ ਇੰਸਟਾਗ੍ਰਾਮ ਤੇ ਕਰਦੇ ਹੋ ਮੈਂ ਤੁਹਾਨੂੰ ਰਿਪਲਾਈ ਕਰਦਾ ਕਿਸੇ ਵੀ ਚੀਜ਼ ਦੀ ਤੁਹਾਨੂੰ ਦਿੱਕਤ ਹੋਵੇ ਮੈਂ ਤੁਹਾਡੇ ਲਈ ਖੜਾ ਇੱਕ ਦਿਨ ਲੇਟ ਹੋ ਸਕਦਾ ਰਿਪਲਾਈ ਕਿਉਂਕਿ ਕਾਫੀ ਸਾਰੇ ਬੱਚੇ ਮੈਸੇਜ ਕਰਦੇ ਹੁੰਦੇ ਨੇ ਲੇਕਿਨ ਰਿਪਲਾਈ ਤੁਹਾਡੇ ਕੋਲ ਪੱਕਾ ਆਊਗਾ ਤੇ ਜਦੋਂ ਨਾਲ ਜੁੜ ਜਾਓਗੇ ਇੱਥੇ ਫਿਰ ਤਾਂ ਚੱਕਰੀ ਕੋਈ ਨਹੀਂ ਫਿਰ ਤਾਂ ਐਵਰੀ ਸੈਟਰਡੇ ਵੀ ਵਿਲ ਮੀਟ ਵੀਡੀਓ ਕਾਲ ਉੱਤੇ ਵਧੀਆ ਗੱਲਬਾਤਾਂ ਕਰਾਂਗੇ ਯਾਰ ਕਿੱਡੀ ਗੱਲ ਹੈ ਨਾ ਵਧੀਆ ਗੱਲਬਾਤਾਂ ਕਰਿਆ ਕਰਾਂਗੇ ਜੋ ਵੀ ਟੈਨਸ਼ਨ ਹੋਈ ਠੀਕ ਹੈ ਚਲੋ ਮਿੱਤਰੋ ਆਲ ਦਾ ਬੈਸ ਫਿਰ ਸਤਿ ਸ਼੍ਰ